हाँ जी, सत श्रीकाल जी सारे नू। तुसी देख रहे हो प्रताप कनेडा यूट्यूब चैनल। जिवें तुहानू असीं पिछली वीडियो च दस्सिया सीगा कि तुहाडे लई वीडियो लै के आवांगे कि सिक्योरिटी दा लाइसेंस किद्दां बनाउणा आ, ते तुहानू दस्सांगे अज्ज कि सिक्योरिटी दा लाइसेंस किद्दां तुसीं बना सकदे हो। स्टेप बाय स्टेप तुहानू दस्सांगे, वीडियो नू एंड तक जरूर देखियो। आज फिर वीडियो शुरू करदे हां। सब तों पहलां एज ए स्टूडेंट, एज ए न्यू कमर, तुसीं सिक्योरिटी नू ही क्यों चुनिया आ? ਦੀ ਵਾਈ ਸਿਕਿਉਰਿਟੀ, ਤੁਸੀਂ ਕਿਉਂ ਸਿਕਿਉਰਿਟੀ ਕਰਨੀ ਆ? ਤੇ ਤੁਸੀਂ ਆਹ ਲਿੰਕ ਤੇ ਕਲਿੱਕ ਕਰਕੇ ਸਾਡੀ ਪਿਛਲੀ ਵੀਡੀਓ ਦੇਖ ਸਕਦੇ ਹੋ ਕਿ ਤੁਸੀਂ ਸਿਕਿਉਰਿਟੀ ਹੀ ਕਿਉਂ ਕਰਨੀ ਆ। ਸਿਕਿਉਰਿਟੀ ਦਾ ਲਾਇਸੈਂਸ ਲੈਣ ਦੇ ਲਈ ਸਭ ਤੋਂ ਪਹਿਲਾ ਸਟੈਪ ਹੈਗਾ ਟ੍ਰੇਨਿੰਗ, ਜਿਹਨੂੰ ਆਪਾਂ BST ਕਹਿੰਦੇ ਆ, ਬੇਸਿਕ ਸਿਕਿਉਰਿਟੀ ਟ੍ਰੇਨਿੰਗ। ਤੇ ਉਹ ਲੈਣ ਦੇ ਲਈ ਤੁਹਾਨੂੰ ਅਲੱਗ-ਅਲੱਗ ਇੰਸਟੀਟਿਊਟ ਤੇ ਜਾਣਾ ਪੈਣਾ ਆ, ਜਿੱਦਾਂ ਆਨਲਾਈਨ ਵੀ ਪ੍ਰੋਵਾਈਡ ਕਰਾਉਂਦੇ ਆ ਉਹ, ਹਨਾ, ਵੈਬਸਾਈਟ ਤੇ। ਤੇ ਮੇਕ ਸ਼ੋਰ ਕਿ ਜਿਹੜਾ ਉਹ ਜਿਹੜੇ ਤੁਸੀਂ ਇੰਸਟੀਟਿਊਟ ਤੋਂ ਟ੍ਰੇਨਿੰਗ ਲੈਣੀ ਆ, ਉਹ ਮੇਕ ਸ਼ੋਰ ਕਰਿਓ ਕਿ ਜਸਟਿਸ ਆਫ ਇੰਸਟੀਟਿਊਟ ਆਫ ਬ੍ਰਿਟਿਸ਼ ਕੋਲੰਬੀਆ ਯਾਨੀ GIBC ਤੋਂ ਅਪਰੂਵਡ ਹੋਵੇ। ਤੇ ਹਰੇਕ ਪ੍ਰੋਵਿੰਸ ਦੇ ਅਲੱਗ-ਅਲੱਗ ਹੁੰਦੇ ਨੇ, ਜਿੱਦਾਂ BC ਦੇ ਵਿੱਚ ਉਹ ਆ ਜਸਟਿਸ ਇੰਸਟੀਟਿਊਟ ਆਫ ਬ੍ਰਿਟਿਸ਼ ਕੋਲੰਬੀਆ GIBC, ਤੇ ਹਰੇਕ ਪ੍ਰੋਵਿੰਸ ਦੇ ਅਲੱਗ-ਅਲੱਗ ਹੁੰਦੇ ਨੇ। ਤੇ ਮੇਕ ਸ਼ੋਰ ਕਰਿਓ ਕਿ ਜਿੱਦਾਂ ਤੁਸੀਂ ਟ੍ਰੇਨਿੰਗ ਲੈਣੀ ਆ ਇੰਸਟੀਟਿਊਟ ਤੋਂ, ਉਹ ਜਿਹੜਾ ਉਸ ਇੰਸਟੀਟਿਊਟ ਤੋਂ ਅਪਰੂਵ ਹੋਵੇ, ਜਿਹੜਾ ਮਤਲਬ ਸਿਕਿਉਰਿਟੀ ਲਾਇਸੈਂਸ ਦੇ ਸਰਟੀਫਿਕੇਟ ਪ੍ਰੋਵਾਈਡ ਕਰਦਾ ਟ੍ਰੇਨਿੰਗ ਤੋਂ ਬਾਅਦ, ਜਿੱਥੇ ਤੁਸੀਂ ਜਾ ਕੇ ਐਗਜ਼ਾਮ ਦੇਣਾ ਆ। ਬੇਸਿਕ ਟ੍ਰੇਨਿੰਗ ਦੇ ਵਿੱਚ ਸਿਕਿਉਰਿਟੀ ਦੀ ਬੇਸਿਕ ਨੌਲੇਜ ਆ ਜਾਂਦੀ ਹੈ ਕਿ ਐਜ਼ ਏ ਸਿਕਿਉਰਿਟੀ ਗਾਰਡ ਤੁਹਾਡੇ ਕੀ-ਕੀ ਰੋਲ ਨੇ। ਤੇ ਹਰੇਕ ਇੰਸਟੀਟਿਊਟ ਦਾ ਆਪਣਾ-ਆਪਣਾ ਸਿਸਟਮ ਬਣਾਇਆ ਹੁੰਦਾ ਹੈ। ਕਈ ਤੁਹਾਨੂੰ ਆਨਲਾਈਨ ਯੂਜ਼ਰ ਨੇਮ ਤੇ ਪਾਸਵਰਡ ਬਣਾ ਕੇ ਦੇ ਦਿੰਦੇ ਨੇ, ਤੇ ਉੱਥੇ ਜਾ ਕੇ ਤੁਸੀਂ ਆਨਲਾਈਨ ਟ੍ਰੇਨਿੰਗ ਕਰ ਲਓਗੇ ਆਪ ਦੇ ਆਪ ਨੇ। ਜਿੱਦਾਂ ਤੁਹਾਨੂੰ 7 ਦਿਨ ਦੇਤੇ ਜਾਂ 10 ਦਿਨ ਦੇਤੇ, 7 ਦਿਨਾਂ ਦੇ ਵਿੱਚ ਤੁਸੀਂ 40 ਘੰਟੇ ਪੂਰੇ ਕਰਨੇ ਹੁੰਦੇ ਆ। ਵੀ ਇੱਕ ਦਿਨ ਤੁਸੀਂ 2 ਘੰਟੇ ਲਾ ਲਏ, 4 ਘੰਟੇ ਲਾ ਲਏ, 5 ਘੰਟੇ ਲਾ ਲਏ, 6, ਇੱਦਾਂ ਤੁਸੀਂ 40 ਘੰਟੇ ਪੂਰੇ ਕਰਨੇ ਹੁੰਦੇ ਆ ਉਹਨਾਂ 10 ਦਿਨਾਂ ਦੇ ਵਿੱਚ ਆਪਦੀ ਮਰਜ਼ੀ ਨਾਲ। ਕਿ ਸਾਹਮਣੇ ਮਤਲਬ ਉਹਨਾਂ ਦਾ ਬਿਲਡ ਕੀਤਾ ਹੁੰਦਾ ਸੌਫਟਵੇਅਰ, ਤੇ ਉਹ ਬੋਲੀ ਜਾਊਗਾ ਤੇ ਤੁਸੀਂ ਸੁਣੀ ਜਾਓਗੇ, ਹਨਾ, ਟ੍ਰੇਨਿੰਗ ਲਈ ਜਾਓਗੇ। ਤੇ ਕਈ ਇੰਸਟੀਟਿਊਟਾਂ ਦੇ ਵਿੱਚ ਕੀ ਹੁੰਦਾ ਹੈ, ਕਲਾਸਾਂ ਲੱਗਦੀਆਂ, ਜਿੱਦਾਂ 10 ਵਜੇ ਕਲਾਸ ਲੱਗਣੀ ਹੈ, 2 ਵਜੇ ਤੱਕ ਕਲਾਸ ਲੱਗਣੀ ਹੈ 4 ਘੰਟੇ ਦੀ, ਤੇ ਉਹ ਤੁਸੀਂ ਕਲਾਸਾਂ ਲਾਉਣੀਆਂ ਹੁੰਦੀਆਂ ਉਹ ਟ੍ਰੇਨਿੰਗ ਕਰਨ ਦੇ ਲਈ। ਤੇ ਇਹਦੇ 40 ਘੰਟੇ ਪੂਰੇ ਕਰਨੇ ਹੁੰਦੇ ਆ। ਤੇ ਉਸ ਤੋਂ ਬਾਅਦ ਆ ਜਾਂਦਾ ਹੈ ਪ੍ਰਾਈਸ, ਇਹਦੀ ਜਿਹੜੀ ਫੀਸ ਹੈਗੀ ਟ੍ਰੇਨਿੰਗ ਕਰਨ ਦੀ, ਇਹਦੀ ਫੀਸ ਹੁੰਦੀ ਹੈ $200 ਤੋਂ ਲੈ ਕੇ $400। ਹਰੇਕ ਇੰਸਟੀਟਿਊਟ ਦੀ ਅਲੱਗ-ਅਲੱਗ ਫੀਸ ਹੁੰਦੀ ਆ, ਜਿਹੜੇ ਨਾਲ ਤੁਸੀਂ ਇੰਸਟੀਟਿਊਟ ਨਾਲ ਕੰਟੈਕਟ ਕਰੋਗੇ, ਹੋ ਸਕਦਾ ਉਹਦੀ $200 ਫੀਸ ਹੋਵੇ, $250 ਹੋਵੇ, ਇਹ ਡਿਪੈਂਡ ਕਰਦਾ ਇੰਸਟੀਟਿਊਟ ਦੇ ਉੱਤੇ। ਜਦੋਂ ਤੁਹਾਡੀ ਟ੍ਰੇਨਿੰਗ ਪੂਰੀ ਹੋ ਜਾਂਦੀ ਆ, ਤੁਸੀਂ ਕੰਪਲੀਟ ਕਰ ਲੈਣਾ 40 ਘੰਟੇ, ਤੇ ਉਸ ਤੋਂ ਬਾਅਦ ਕੀ ਹੁੰਦਾ ਹੈ, ਇੰਸਟੀਟਿਊਟ ਵਾਲੇ ਜਿਹੜੇ ਤੁਹਾਡੇ ਉਹ ਜਸਟਿਸ ਵਾਲਿਆਂ ਨੂੰ ਈਮੇਲ ਕਰ ਦਿੰਦੇ ਨੇ ਕਿ ਇਸ ਬੱਚੇ ਨੇ 40 ਘੰਟੇ ਪੂਰੇ ਕਰ ਲਏ ਆ। ਤੇ ਉਸ ਤੋਂ ਬਾਅਦ ਕੀ ਕਰਦੇ ਆ, ਜਸਟਿਸ ਵਾਲੇ ਜਿਹੜੇ ਜਸਟਿਸ ਇੰਸਟੀਟਿਊਟ ਆਫ ਬ੍ਰਿਟਿਸ਼ ਕੋਲੰਬੀਆ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਜਿਹੜੇ ਕਿ ਤੁਹਾਨੂੰ ਸਰਟੀਫਿਕੇਟ ਪ੍ਰੋਵਾਈਡ ਕਰਦੇ ਨੇ ਟ੍ਰੇਨਿੰਗ ਦਾ, ਤੇ ਉਸ ਤੋਂ ਬਾਅਦ ਕੀ ਹੁੰਦਾ ਆ, ਉਹ ਵੈਰੀਫਾਈ ਕਰਦੇ ਆ ਕਿ ਹਾਂ ਇਹਨੇ ਵਾਕਈ ਆ ਜਿਹੜੀ ਟ੍ਰੇਨਿੰਗ ਪੂਰੀ ਕਰੀ ਆ 40 ਘੰਟਿਆਂ ਦੀ, ਕਿਉਂਕਿ 40 ਘੰਟੇ ਤੁਸੀਂ ਪੂਰੇ ਕਰਨੇ ਹੁੰਦੇ ਆ। ਇਹ ਨਹੀਂ ਹੈਗਾ ਕਿ ਜੇ ਤੁਸੀਂ 30 ਘੰਟੇ ਲਾਏ ਹੋਣਗੇ ਤਾਂ ਤੁਹਾਡੀ ਉਹ ਤੁਹਾਨੂੰ ਈਮੇਲ ਦਾ ਆਪਣਾ ਲਿੰਕ ਨਹੀਂ ਹੋਣਾ ਐਗਜ਼ਾਮ ਦਾ, ਤੁਹਾਨੂੰ ਐਗਜ਼ਾਮ ਦੇਣ ਲਈ ਐਲੀਜੀਬਲ ਨਹੀਂ ਹੋਵੋਗੇ, 40 ਘੰਟੇ ਪੂਰੇ ਕਰਨੇ ਹੁੰਦੇ ਆ। ਤੇ ਉਸ ਤੋਂ ਬਾਅਦ ਉਹ ਤੁਹਾਨੂੰ ਈਮੇਲ ਬੈਕ ਕਰਦੇ ਆ, ਜਸਟਿਸ ਵਾਲੇ ਲਿੰਕ ਭੇਜ ਦਿੰਦੇ ਆ ਕਿ ਤੁਸੀਂ ਇਸ ਲਿੰਕ ਤੇ ਜਾ ਕੇ ਤੁਹਾਡਾ ਐਗਜ਼ਾਮ ਬੁੱਕ ਕਰਾ ਸਕਦੇ ਹੋ। ਤੇ ਉਹਦੀ ਜਿਹੜੀ ਫੀਸ ਹੁੰਦੀ ਆ $60 ਹੈਗੀ ਆ BC ਦੇ ਵਿੱਚ, ਤੇ ਹਰੇਕ ਪ੍ਰੋਵਿੰਸ ਦੀ ਅਲੱਗ-ਅਲੱਗ ਹੁੰਦੀ ਆ। ਤੇ ਇੱਥੇ ਹੈਗੀ ਆ ਜਿਹੜੀ $60, 60 ਤੋਂ ਲੈ ਕੇ $80 ਹੁੰਦੀ ਆ। ਉਸ ਤੋਂ ਬਾਅਦ ਤੁਸੀਂ ਜਦੋਂ ਐਗਜ਼ਾਮ ਬੁੱਕ ਕਰਾ ਲਿਆ ਆਪਦਾ, ਹਨਾ, ਸਕੇਜੂਲ ਦੇ ਮੁਤਾਬਕ, ਐਗਜ਼ਾਮ ਦੇ ਵਿੱਚ ਤੁਹਾਨੂੰ 100 ਕੁਐਸਚਨ ਆਊਗਾ, ਹਨਾ, 100 ਕੁਐਸਚਨ ਆਊਗਾ, ਉਹਦੇ ਵਿੱਚ ਤੁਸੀਂ 60 ਸਹੀ ਕਰਨੇ ਹੁੰਦੇ ਆ ਪਾਸ ਹੋਣ ਦੇ ਲਈ। ਤੇ ਕੁਐਸਚਨ ਉਹਦੇ ਵਿੱਚ ਕਿਹੋ ਜਿਹੇ ਆਉਂਦੇ ਨੇ, ਜਿੱਦਾਂ ਮੰਨ ਲਓ ਇੱਕ ਕੁਐਸਚਨ ਮੇਰੇ ਯਾਦ ਆ, ਜਿੱਦਾਂ ਇਦਾਂ ਆਉਂਦਾ ਹੁੰਦਾ ਕਿ ਸਿਕਿਉਰਿਟੀ ਦਾ ਲਾਇਸੈਂਸ ਤੁਸੀਂ ਕਿਸ ਬੰਦੇ ਨੂੰ ਦਿਖਾ ਸਕਦੇ ਹੋ, ਤੇ ਸਾਰੇ ਆਬਜੈਕਟਿਵ ਟਾਈਪ ਕੁਐਸਚਨ ਆਉਣਗੇ, ਹਨਾ। ਤੇ ਜਿੱਦਾਂ ਕਿਸ ਬੰਦੇ ਨੂੰ ਸਿਕਿਉਰਿਟੀ ਦਾ ਲਾਇਸੈਂਸ ਦਿਖਾ ਸਕਦੇ ਹੋ, ਇਹ 'ਚੋਂ ਆਪਸ਼ਨਾਂ ਸੀਗੀਆਂ ਕਿ ਪੁਲਿਸ ਆਫੀਸਰ ਨੂੰ ਦਿਖਾ ਸਕਦੇ ਹੋ, ਸਿਟੀਜ਼ਨ ਨੂੰ ਦਿਖਾ ਸਕਦੇ ਹੋ, ਜਾਂ 2 ਆਪਸ਼ਨਾਂ ਹੋਰ ਸੀ, ਇੱਕ ਸੀਗੀ ਵੀ ਕਿਸੇ ਨੂੰ ਵੀ ਦਿਖਾ ਸਕਦੇ ਹੋ, ਹਨਾ। ਤੇ ਉਹਦਾ ਆਨਸਰ ਇਹੀ ਆ ਵੀ ਕਿਸੇ ਨੂੰ ਵੀ ਦਿਖਾ ਸਕਦੇ ਹੋ, ਤੇ ਤੁਸੀਂ ਆਪਦਾ ਜਿਹੜਾ ਸਰਨੇਮ ਹੁੰਦਾ ਇਦਾਂ ਕਵਰ ਕਰਕੇ ਇਦਾਂ ਦਿਖਾ ਸਕਦੇ ਹੋ ਕਿ ਇਹ ਮੇਰਾ ਸਿਕਿਉਰਿਟੀ ਲਾਇਸੈਂਸ ਆ। ਇਦਾਂ ਦੇ ਕੁਐਸਚਨ ਉਹਦੇ ਵਿੱਚ ਆਉਂਦੇ ਨੇ ਜਿਹੜਾ ਐਗਜ਼ਾਮ ਹੁੰਦਾ ਆ। ਤੇ ਉਹਦੇ ਵਿੱਚ ਪਾਸ ਹੋਣ ਲਈ ਤੁਹਾਨੂੰ 60% ਨੰਬਰ ਚਾਹੀਦੇ ਨੇ। ਜੋ ਤੁਸੀਂ ਪਾਸ ਹੋ ਜਾਂਦੇ ਹੋ, ਉਹਦੇ ਵਿੱਚੋਂ 60% ਨੰਬਰ ਲੈ ਲੈਂਦੇ ਹੋ, ਤੇ ਤੁਹਾਨੂੰ ਨਾਲ ਦੀ ਨਾਲ ਇਹ ਰਿਜ਼ਲਟ ਦੇ ਦਿੰਦੇ ਨੇ ਵੀ ਤੁਸੀਂ ਪਾਸ ਹੋ। ਤੇ ਤੁਸੀਂ ਉਹਦੇ ਚੋਂ PDF ਡਾਊਨਲੋਡ ਕਰ ਲੈਣਾ, ਜਿਹੜਾ ਤੁਹਾਡਾ ਸਰਟੀਫਿਕੇਟ ਆ ਉਹਦਾ PDF ਡਾਊਨਲੋਡ ਕਰਕੇ ਰੱਖ ਲੈਣਾ ਹੈ। ਆਖਰੀ ਸਟੈਪ ਹੈਗਾ ਕਿ ਸਿਕਿਉਰਿਟੀ ਦਾ ਲਾਇਸੈਂਸ ਕਿੱਦਾਂ ਅਪਲਾਈ ਕਰਨਾ। ਇਹਦੇ ਵਿੱਚ ਤੁਹਾਨੂੰ ਆਹ ਜਿਹੜੀਆਂ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ, ਤੁਹਾਡੀ ID, ਤੇ ਜਿਹੜਾ ਤੁਸੀਂ ਆਹ ਸਰਟੀਫਿਕੇਟ ਤੁਹਾਨੂੰ ਮਿਲਿਆ ਜਿਹਦੇ ਤੁਸੀਂ 60% ਹੋ ਕੇ ਪਾਸ ਹੋਏ ਹੋ, ਇਹ ਚਾਹੀਦਾ ਹੈ। ਇਹ ਤੁਹਾਨੂੰ ਦੱਸਾਂਗੇ ਲੈਪਟਾਪ ਤੇ, ਤੁਹਾਨੂੰ ਦੱਸਾਂਗੇ ਕਿੱਦਾਂ ਕਿੱਦਾਂ ਤੁਸੀਂ ਅਪਲੋਡ ਕਰਨਾ ਸਾਰਾ ਕੁਝ, ਤਾਂ ਈਜ਼ੀ ਹੋ ਜਾਊਗਾ ਉਹਦੇ ਨਾਲ। ਸੋ ਸਭ ਤੋਂ ਪਹਿਲਾਂ ਤੁਸੀਂ ਗੂਗਲ ਤੇ ਜਾਣਾ, ਗੂਗਲ ਤੇ ਲਿਖਣਾ ਹੈ ਅਪਲਾਈ ਫੋਰ ਸਿਕਿਉਰਿਟੀ ਲਾਇਸੈਂਸ। ਸੋ ਸਭ ਤੋਂ ਪਹਿਲਾਂ ਫਸਟ ਲਿੰਕ ਹੀ ਜਿਹੜਾ ਆਊਗਾ ਆਪਾਂ ਉਹੀ ਓਪਨ ਕਰਨਾ ਹੈ, ਅਪਲਾਈ ਫੋਰ ਏ ਸਿਕਿਉਰਿਟੀ ਵਰਕਰ ਲਾਇਸੈਂਸ। ਉਸ ਤੋਂ ਬਾਅਦ ਸਕਰੋਲ ਡਾਊਨ ਕਰਕੇ ਆਨਲਾਈਨ ਵਾਲੀ ਆਪਸ਼ਨ ਤੇ ਕਲਿੱਕ ਕਰਨਾ। ਆਨਲਾਈਨ ਵਾਲੀ ਆਪਸ਼ਨ ਤੋਂ ਬਾਅਦ ਆਪਾਂ ਸਕਰੋਲ ਡਾਊਨ ਕਰਕੇ ਫਸਟ ਆਪਸ਼ਨ ਸਿਲੈਕਟ ਕਰਨੀ ਹੈ, ਅਪਲਾਈ ਫੋਰ ਏ ਨਿਊ ਲਾਇਸੈਂਸ। ਉਸ ਤੋਂ ਬਾਅਦ ਅਪਲਾਈ ਫੋਰ ਏ ਨਿਊ ਲਾਇਸੈਂਸ, ਕੰਸੈਂਟ ਯੈਸ ਕਰਕੇ ਨੈਕਸਟ ਕਰਨਾ।
उस तो बाद तुसी फिंगरप्रिंट वाले नो कर देने क्योंकि कोविड करके फिंगरप्रिंट नहीं हो रहे। सो उस तो बाद तुसी इत्थे भी टिक करना क्योंकि तुसी इत्थे फिंगरप्रिंट का नंबर नहीं प्रोवाइड कर रहे। ये क्वेश्चन नो होंगे तुसी अकॉर्डिंग टू यू भी जो भी थोड़ा सिनेरियो होगा उस अकॉर्डिंग तुसी इनू सिलेक्ट कर सकते हो। सो मैं रेंडमली इनू नो सिलेक्ट कर रहा। उस तो बाद सरनेम तुसी सिलेक्ट करना है। सो मैं रेंडमली सिंह पा देना इतने परमजीत पा देना मेल एंड डेट ऑफ बर्थ सिलेक्ट करनी है। ये जे तुसी थोड़े कैनेडा बोर्न हुए हो तो तुसी ये सिलेक्ट करना है। अदरवाइज तुसी सेकंड ऑप्शन सिलेक्ट करके तुसी कोई भी ऑप्शन सिलेक्ट कर सकते हो। या तो तुसी अपना वर्क परमिट नंबर प्रोवाइड करना है या स्टूडेंट परमिट या तुसी पीआर कार्ड नंबर राइट। तुसी सो मैं रैंडमली वर्क परमिट का नंबर इतने सिलेक्ट कर लेना। फोटो आइडेंटिफिकेशन दे विच तुसी तीन चो कोई भी एक सिलेक्ट कर सकते हो। सो मैं डीएल नंबर सिलेक्ट करदा। उस तो बाद आवली ऑप्शन तुसी इन्हां विचों कोई भी नहीं सिलेक्ट करनी, सिंपल नेक्स्ट ते क्लिक करना है। सो ये वाली इनफॉरमेशन तुसी अपनी बीसीआईडी तो या तुसी ड्राइविंग लाइसेंस तो भी ले सकते हो, बट मैं इत्थे रैंडमली इनफॉरमेशन पुट कर रहे हैं। सो इत्थे तुसी अपना वेट सिलेक्ट करना है। उस तो बाद नेक्स्ट, नेक्स्ट तो बाद तुसी इत्थे अपना एड्रेस सिलेक्ट करना है। सो एड्रेस भरन तो बाद तुसी जे तो थोड़ा मेलिंग एड्रेस डिफरेंट है तो तुसी इत्थे भरना, नहीं अदरवाइज मेलिंग एड्रेस जे सेम है तो इत्थे टिक कर देना। सिंपल कॉन्टैक्ट नंबर तुसी अपना चूज करना है। उस तो बाद तुसी ईमेल एड्रेस मेक श्योर सही होवे क्योंकि कई बार सिक्योरिटी लाइसेंस ते हार्ड कॉपी आने नूं टाइम लग जाता है 45 तो 60 दिन। सो उस तो पहला थोनों डिजिटल कॉपी थोड़े ईमेल ते मिल जूगी। सो उस तो बाद नेक्स्ट करना है दोनों टिक करन तो बाद। सो इस ऑप्शन दे विचों सिर्फ तुसी सिक्योरिटी गार्ड वाली ऑप्शन सिलेक्ट करनी है क्योंकि आपां सिक्योरिटी दा लाइसेंस अप्लाई कर रहे हैं। उस तो बाद नेक्स्ट जिहड़ी तुसी बेसिक सिक्योरिटी ट्रेनिंग की है बीएसटी ट्रेनिंग ओदा थोनों सर्टिफिकेट इशू होया होगा जीआईबीसी वालों। उस सर्टिफिकेट का नंबर तुसी इत्थे पाना जिहड़ा कि जे तो स्टार्ट होगा। उस तो बाद तुसी इत्थे नो सिलेक्ट करना है, नो सिलेक्ट करना है एंड दैन नेक्स्ट। उस तो बाद नो 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 तुसी ये अपने अकॉर्डिंग तुसी ऑप्शन सिलेक्ट कर सकते हो। मैं रैंडमली सिलेक्ट कर रहा हाँ थोनों प्रोसैस दसन वास्ते। उस तो बाद तुसी अपनी इनफॉर्मेशन इत्थे क्रॉस चैक भी कर सकते हो जो तुसी इनफॉर्मेशन प्रोवाइड की है भी ये करैक्ट है। उस तो बाद नेक्स्ट ये चार ऑप्शन तो तुसी एक ऑप्शन सिलेक्ट करनी है जिन्नी भी देर का तुसी सिक्योरिटी का लाइसेंस बनाना चाहते हो। सो डिफरेंट ईयरस से डिफरेंट फीस इससे दी हुई है। सो रैंडमली मैं 1 ईयर का लाइसेंस सिलेक्ट करता हूँ जिसे कि $120 है। उस तो बाद पे बाय क्रेडिट कार्ड सो सबमिट एंड कंटिन्यू। उस तो बाद तुसी इत्थे अपनी फोटो अपलोड करनी है जिहड़ी थोड़ी पासपोर्ट साइज फोटो है, यही फोटो थोड़ी लाइसेंस से लग के आऊगी। सो मैं रैंडमली इत्थे कोई भी फोटो चूज कर लैना। सो उस तो बाद चूज फोटो चूज करन तो बाद अपलोड ते क्लिक करना है। सो मैं फोटो लगाती। उस तो बाद नेक्स्ट, उस तो बाद तुसी इस एप्लीकेशन में जिहड़ी भी तुसी एप्लीकेशन फिलअप की है तुसी इहनू प्रिंट कर करके रख सकते हो अपने रैकड वास्ते, सेव करके रख सकते हो। जो तुसी इत्थे क्लिक करोगे तो नेक्स्ट विंडो दे विच थोड़ी एप्लीकेशन खुल जूगी। उस तो बाद चैकलिस्ट ऑफ रिक्वायर्ड फॉर्म्स। सो तुसी वर्क परमिट अपना अपलोड करना है, अपने ड्राइविंग लाइसेंस की कॉपी अपलोड करनी है। उस तो बाद जिहड़ा बीएसटी ट्रेनिंग सर्टिफिकेट सी ओ अपलोड करना, बट लेटर ऑन करना है जदों थोनों जीआईबीसी की ईमेल आऊगी या पे करन तो बाद भी कई बार ऑप्शन आ जाती हुंदी है। सो उस तो बाद तुसी पे नाउ ते क्लिक करना है। पे नाउ ते क्लिक करन तो बाद तुसी अपने क्रेडिट कार्ड की डिटेल्स भर के पे नाउ कर देना है तो थोड़ा लाइसेंस हो जाएगा अप्लाई। थैंक यू सो मच फॉर वॉचिंग दिस वीडियो।